आकाशवाणी ਖਬਰਾਂ ਵਿਕਾਸ ਸ਼ਰਮਾ ਕੋਲਾ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਹੋ ਰਹੇ ਇਰਾਨ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀਆਂ ਦੇ ਕੰਨੇ ਟੈਲੀਫੋਨ ਉਪਰ ਗੱਲਬਾਤ ਕਰੀਏ ਉਹਨੇ ਕੀ ਤਨੋ ਤਨੀ ਥਾਵਾਂ ਬਚਨੇ ਤੇ ਕੋਟਨੀਤੀ ਵਕੀ ਪਰਤੋਨੇ ਦੀ ਗੁਜ਼ਾਰਿਸ਼ ਕੀਤੀ ਲੋਕ ਸਭਾ ਚੋਣਾਂ ਦੇ ਪਹਿਲੇ ਚਰਨ ਦੇ ਮੈਦਾਨ 'ਚ ਹੁਣ ਤਰੇ ਤਿਆਰੇ ਬਕਾਇਆ ਰਹੀ ਗੇਨ ਤੇ ਚੋਣ ਪ੍ਰਚਾਰ ਆਪਣੇ ਚਰਮੂ ਉਪਰ ਪੂਜੀ ਗਿਆ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਮੂਲਖ ਪਰੇ 'ਚ ਰੈਲੀਆਂ ਤੇ ਰੋਡ ਸ਼ੋਅ ਕਰਾ ਰਹੇ ਹਨ। ਮੌਸਮ ਵਿਭਾਗ ਨੇ ਮੂਲਖ ਦੇ ਉੱਤਰ-ਪੱਛਮੀ ਹਿੱਸੇ 'ਚ ਬਰਖਾ ਤੇ ਅੰਬੀ ਚਖੜ ਅਗਲੇ 24 ਘੰਟਿਆਂ ਤੱਕ ਜਾਰੀ ਰੋਣੇ ਦੀ پیشن گوئی ਕੀਤੀ ਹੈ। ਆਈਪੀਐਲ ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਨੇ ਮੁੰਬਈ ਇੰਡੀਅਨਸ ਕੀ 2 ਰੰਝੇ ਕਰਨੇ ਤੇ ਕੋਲਕਾਤਾ ਨਾਈਟ ਰਾਈਡਰਸ ਨੇ ਲਖਨਾਊ ਸੁਪਰ ਜਾਇੰਟਸ ਕੀ 8 ਵਿਕਟਾਂ ਕਰਨੇ ਅਰਾਈ ਦਿੱਤਾ ਹੈ ਹੁਣ ਖਬਰਾਂ ਤਫਸੀਲ ਕਰਨੇ ਵਿਦੇਸ਼ ਮੰਤਰਾਲੇ ਨੇ ਇਜ਼ਰਾਈਲ ਤੇ ਈਰਾਨ ਵਿਚਕਾਰ ਵਧਾ ਕਰਦੀ ਤਣਾਤਨੀ ਪਰ ਚਿੰਤਾ ਜ਼ਾਹਿਰ ਕੀਤੀ ਹੈ ਮੰਤਰਾਲੇ ਨੇ ਆਖਿਆ ਜੇ ਭਾਰਤ ਇਜ਼ਰਾਈਲ ਤੇ ਈਰਾਨ ਵਿਚਕਾਰ ਬਿਗੜਦੇ ਹਾਲਾਤ ਕੀ ਲਈਏ ਗੰਭੀਰ ਤੌਰ ਉਪਰ ਚਿੰਤਿਤ ਹੈ ਇਹਦੇ ਨੇ ਖਿੱਤੇ ਚ ਰਮਾਨਦਾਰੀ ਤੇ ਸੁਰੱਖਿਆ ਕੀ ਖਤਰਾ ਹੈ ਮੰਤਰੀਅਲੇ ਨੇ ਆਖਿਆ ਜੇ ਉਹ ਮੌਜੂਦਾ ਹਾਲਾਤ ਉੱਪਰ ਬਰੋਬਰ ਤੱਕ ਰੱਖਾ ਕਰਦਾ ਹੈ ਤੇ ਦੋਨੇ ਮੁਲਕਾਂ 'ਚ ਸਥਿਤ ਦੂਤਾਵਾਸਿਂ ਭਾਰਤੀ ਸਮੁਦਾਏ ਦੇ ਕੰਨੇ ਰابطਾ ਬਣਾਈ ਰੱਖੇਦਾ ਹੈ ਭਾਰਤ ਨੇ ਈਰਾਨ ਤੇ ਇਜ਼ਰਾਈਲ ਦੀ ਲੜਾਈ ਥਾਵਾਂ ਦੂਰ ਰੋਣੇ ਤੇ ਕੂਟਨੀਤੀ ਦੀ ਬੱਤਾ ਉੱਪਰ ਪਰਤੋਨੀ ਦੀ ਗੁਜ਼ਾਰਿਸ਼ ਕੀਤੀ ਹੈ ਇਸ ਸਰਬੰਦਾ 'ਚ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਉਹਰੀ ਈਰਾਨ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀਆਂ ਕੰਨੇ ਟੈਲੀਫੋਨ ਰਾਹੀਂ ਗੱਲਬਾਤ ਕੀਤੀ ਸ਼੍ਰੀ ਜੈ ਸ਼ੰਕਰ ਹੋਰੇ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਉੰਦੇ ਕਰਨੇ ਗੱਲ ਕੀਤੀ ਐਮ ਐਸ ਸੀ ਆਇਰਿਸ਼ ਦੇ 17 ਭਾਰਤੀਆਂ ਦੀ ਰਿਹਾਈ ਦਾ ਮੁੱਦਾ ਪੋਟਿਆ ਤੇ ਖਿੱਤੇ ਦੀ ਮੌਜੂਦਾ ਸਥਿਤੀ ਉੱਪਰ ਵੀ ਚਰਚਾ ਕੀਤੀ ਲੋਕ ਸਭਾ ਚੋਣਾਂ ਦੇ ਪਹਿਲੇ ਚਰਨ ਲਈ ਪ੍ਰਚਾਰ ਤੇਜ਼ ਹੋਈ ਗਿਆ ਹੈ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਮੁਲਕ ਭਰੇ 'ਚ ਰੈਲੀਆਂ ਤੇ ਰੋਡ ਸ਼ੋਅ ਕਰਾ ਕਰਦੇ ਨੇ ਪਹਿਲੇ ਚਰਨ ਵਿੱਚ 17 ਰਾਜीय ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕੁੱਲ 102 ਸੀਟਿਆਂ ਉੱਪਰ 19 April ਦੀ ਬੋਟ ਪਾਇਆ ਜਾਂਦ ਹਨ ਲੋਕ ਸਭਾ ਦੇ ਪਹਿਲੇ ਚਰਨ ਦੇ ਚੋਣਾਂ ਗਈ ਦਿਗਦੇ ਹੋਈ ਰਾਜਸਥਾਨ ਚ ਕਾਂਗਰਸ ਬੀਜੇਪੀ ਸਣੇ ਹੋਰ ਨੇ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਚ ਪੂਰੀ ਤਾਕਤ ਲਾ ਕਰ ਦੀਆਂ ਨ ਬੀਜੇਪੀ ਦੇ ਵરિਸ਼ਟ ਨੇਤਾ ਤੇ ਗ੍ਰੀ ਮੰਤਰੀ ਅਮਿਤ ਸ਼ਾਹ ਉਰ ਅੱਜ ਜੈਪੁਰ ਚ ਰੋਡ ਸ਼ੋ ਕਰੰਗਨ ਇਹ ਰੋਡ ਸ਼ੋ ਜੈਪੁਰ ਦੀ ਚਾਰ ਦੀਵਾਰੀ ਚ ਸੰਗਾ ਨੇਰੀ ਗੇਟ ਥਾਵਾਂ ਲਈਏ ਛੋਟੀ ਚੋਪੜ ਤੱਕ ਰੋਗ ਇਹਦੇ ਲਈ ਬੀਜੇਪੀ ਦੇ ਨੇਤਾਇਆਂ ਤੇ ਕਾਰਕੂਨੇ ਉੱਥੇ ਵਿਆਪਕ ਤਿਆਰੀਆਂ ਕੀਤੀਆਂ ਨੇ ਸਾਰੇ ਸੰਬਾਧਾਤਾ ਮੂਜੂ ਸ਼ਾ ਉਹਦੇ ਇਲਾਵਾ ਬੀਜੇਪੀ ਦੇ ਹੋਰ ਕਈ ਵੱਡੇ ਨੇਤਾ ਤੇ ਕਾਂਗਰਸ ਪਾਰਟੀ ਦੇ ਨੇਤਾ ਵੀ ਅੱਜ ਪ੍ਰਚਾਰ ਕਰਨਗੇ ਜਿਨ੍ਹਾਂ ਕੇ ਕੇਰਲ ਵਿੱਚ 26 ਅਪ੍ਰੈਲ ਦੀ ਦੂਏ ਗੇੜ ਚ ਲੋਕ ਸਭਾ ਚੋਣਾਂ ਲਈ ਤਿਆਰੀਆਂ ਚ ਤੇਜ਼ੀ ਆਵਾ ਕਰਦੀ ਹੈ ਭਾਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਾ ਅੱਜ ਐਨਡੀਏ ਦੇ ਮੇਦਵਾਰ ਡਾਕਟਰ ਟੀਐਨ ਸਰਸੂ ਹੁੰਦੇ ਸਮਰਥਨੀ ਚ ਚੀਰੂ ਬਤਨੀ ਚ ਰੈਲੀ ਕਰਨੇ ਦਾ ਕਾਰਜਕ੍ਰਮ ਹੈ ਜਿਹੜਾ ਖੇਤਰ ਆਰਖਿਤ ਅਲਕੇ alathur ਤਹਿਤ ਪੋਂਦਾ ਹੈ ਮਗਰਾ ਦਿਨੇ ਉਹ ਅਟਿੰਗਲ ਲਈ ਰਵਾਨਾ ਹੋਣਗੇ ਜਿੱਥੇ ਉਹ ਕਟਕਾਰਾ ਚ ਇੱਕ ਜਨ ਸਭਾ ਦੀ ਸਮੋਤਿਤ ਕਰਨਗੇ ਇੱਥੇ ਭਾਰਤੀ ਜਨਤਾ ਪਾਰਟੀ ਨੇ ਵਿਦੇਸ਼ ਮਾਮਲੇ ਦੇ ਰਾਜ ਮੰਤਰੀ ਵੀ ਮੁਰਲੀਦਰਨ ਗੀ ਪਾਰਟੀ ਦੇ ਮੇਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਉਤਾਰਿਆ ਹੈ। ਸ਼੍ਰੀ ਮੋਦੀ ਔਰ ਦਪੈਰੀ ਤੱਕ ਰਕੋਚੀ 'ਚ ਪੁੱਜੀ ਜਾਣਗਣ ਤੇ ਮਗਰਾ ਨਵੀਂ ਦਿੱਲੀ ਲਈ ਰਵਾਨਾ ਹੋਈ ਜਾਣਗਣ। ਕੇਂਦਰੀ ਮੰਤਰੀ ਰਾਣਾ ਸਿੰਘ ਉੰਦਾ ਵੀ ਆਉਂਦੇ ਵੀਰਵਾਰੇ ਐਮਬੀਏ ਦੇ ਪ੍ਰਚਾਰ ਲਈ ਕੇਰਲ ਇੱਚ ਪੁਜਨੇ ਦਾ ਕਾਰਜਕ੍ਰਮ ਹੈ। ਕਾਂਗਰਸ ਦੇ ਸੀਨੀਅਰ ਨੇਤਾ ਤੇ ਬਾਇਨਾਡ ਲੋਕ ਸਭਾ ਹਲਕੇ ਦੇ ਉਮੀਦਵਾਰ ਰਾਹੁਲ ਗਾਂਧੀ ਕੱਲ ਤੇ ਉਹਦੇ ਅਗਲੇ ਦਿਹਾੜੇ ਇਸ ਹਲਕੇ 'ਚ ਪ੍ਰਚਾਰ ਕਰਨਗੇ। ਕਾਂਗਰਸ ਅਧਿਐਖ ਮਲਕਾਰਜਨ ਖੜਗੇ 23 ਤਰੀਕ ਤੇ ਮਹਾਸਚਿਵ ਪ੍ਰੇੰਕਾ ਗਾਂਧੀ 22 ਤਰੀਕ 'ਦੀ ਕੇਰਲ 'ਚ ਪ੍ਰਚਾਰ ਕਰਨਗਣ। ਸੀਪੀਆਈਐਮ ਮਹਾਸਚਿਵ ਸੀਤਾਰਾਮ ਜੈਚੂਰੀ ਔਰ ਕਸਰਗੋੜ ਤੇ ਕਨੂਰ ਹਲਕੇ 'ਚ ਕੱਲ ਪ੍ਰਚਾਰ ਕਰਨਗਣ। ਆਉਣ ਵਾਲੇ ਦਿਨ 'ਚ ਕੇਰਲ ਵਿੱਚ ਐਲ ਡੀ ਐਫ ਦੀ ਪ੍ਰਚਾਰ ਮੀਟਿੰਗ ਵਿੱਚ ਪਾਇਲਟ ਵਿਰੋਧੀ ਮੈਂਬਰ ਪ੍ਰਕਾਸ਼ ਕਾਰਾਤ ਤੇ ਸੀ ਪੀ ਆਈ ਦੇ ਮहासਚਿਵ ਡੀ ਰਾਜਾ ਉਰਬੀ ਸ਼ਾਮਲ ਹੋ ਗਨ ਕਾਂਗਰਸ ਅਧਿਐਖ ਮਲਕਾ ਅਰਜੁਨ ਖੜਗੇ ਹੋਰੇ ਭਾਰਤੀ ਜਨਤਾ ਪਾਰਟੀ ਦੀ ਨਿੰਦਿਆ ਕਰਦੀ ਯਾਖਿਆ ਜੀ ਬੀ ਜੀ ਪੀ ਭ੍ਰਿਸ਼ਟਾਚਾਰ ਆਸਤੇ ਕਾਂਗਰਸ ਉੱਪਰ ਦੋਸ਼ ਲਾਂਦੀ ਹੈ ਪਰ ਭ੍ਰਿਸ਼ਟਾਚਾਰ ਦੇ આરોਪਾਂ ਦਾ ਸਾਹਮਣਾ ਕਰਾ ਕਰਦੇ ਤਰੀ ਕਾਂਗਰਸੀ ਸਦਸਿਓਂ ਕੀ ਆਪਣੀ ਪਾਰਟੀ ਚ ਸ਼ਾਮਲ ਕਰੀ ਲੈਂਦੀ ਹੈ ਖੜਗੇ ਹੋ ਰਹੀ ਨਾਗਪੁਰਿਚ ਇੱਕ ਜਨ ਸਭਾ ਕੀ ਸੰਬੋਧਿਤ ਕਰਦੀ ਹੋਈ ਆਖਿਆ ਜੇ ਬੀਜੇਪੀ ਤੇ ਉਹਦੇ ਨੇਤਾਇ ਲੋਕਾਂ ਕਨੇ ਝੂਠੇ ਵਾਅਦੇ ਕੀਤੇ ਨੇ ਉਹਨੇ ਦੋਸ਼ ਲਾਇਆ ਜੇ ਦੇਸ਼ ਸੀਚ ਬੇਰੋਜ਼ਗਾਰੀ ਹੈ ਤੇ ਅਰਥ ਵਿਵਸਥਾ ਵੀ ਐਟ ਜਾ ਕਰਦੀ ਹੈ ਇਹ ਖਬਰਾਂ ਤੁਸ ਆਕਾਸ਼ਵਾਨੀ ਉਪਰਾ ਸੁਣਾ ਕਰਦੇ ਹੋ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਭਵਿੱਖਵਾਨੀ ਕੀਤੀ ਹੈ ਜੇ ਜਾਰੀ ਬਰਖਾ ਦੇ ਕੰਨੋਂ ਕੰਨੀ ਦਰਮਿਆਨੇ ਦਰਜੇ ਦੀ ਗਰਜਨਾ ਬਿਜਲੀ ਕਟਕਣੇ ਤੇ ਤੇਜ਼ ਵਾਹੂ ਦੇ ਚੱਲਨੇ ਤੇ ਐਨ ਗੜਾ ਪਾਉਣ ਦੀ ਸੰਭਾਵਨਾ ਉੱਤਰ ਪੱਛਮ ਭਾਰਤੀ ਚ ਅਗਲੇ 24 ਘੰਟਿਆਂ ਚ ਦਿਖੀ ਜਾ ਸਕਦੀ ਹੈ ਤੇ ਮਗਰਾ ਇਹਦੇ ਚ ਕਮੀ ਵੀ ਆਉਗ ਭਾਰਤੀ ਮੌਸਮ ਵਿਭਾਗ ਨੇ ਆਖਿਆ ਹੈ ਜੇ ਜੰਮੂ ਕਸ਼ਮੀਰ ਗਿਲਗੀਤ ਬਲਤੀਸਤਾਨ ਮੁਜ਼ਫਰਾਬਾਦ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਅੱਜ ਹਲਕੇ ਧਮਾਂ ਦਰਮਿਆਨੇ ਦਰਜੇ ਦੀ ਬਰਖਾ ਅੰਦੀ ਝੱਖੜ ਚੱਲਨੇ ਬਿਜਲੀ ਚਮਕਨੇ ਦੇ ਕੰਨੋਂ ਕੰਨੀ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਕਰਨੇ ਬਾਉ ਦੇ ਚੱਲਣ ਦੀ ਸ਼ੰਕਾ ਜਤਾਈ ਜਾ ਕਰਦੀ ਹੈ ਜ਼ਿਲ੍ਹੇ ਕੇ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਅੱਜ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਕਰਨੇ ਹਵਾਉ ਦੇ ਚੱਲਣੇ ਕੰਨੇ ਬਰਖਾ ਵਰਨੇ ਬਿਜਲੀ ਚਮਕਨੇ ਤੇ ਮੌਸਮ ਖਰਾਬ ਹੋਣੇ ਦੀ ਸੰਭਾਵਨਾ ਹੈ ਇਸ ਅਵਧੀ ਦੌਰਾਨ ਕੇ ਜੰਮੂ ਖਿੱਤੇ ਚ हिमाचल प्रदेश ਤੇ ਉਤਰਾਖੰਡ ਚ ਵੀ ਵੱਖ-ਵੱਖ ਥਾਰਾਂ ਐਨ ਘੜਾ ਪੋਨੇ ਦੀ ਸੰਭਾਵਨਾ ਹੈ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਹੋਰਾਂ ਆਖਿਆ ਜੇ ਰਾਜ ਵਿੱਚ ਸੀ ਵਿਜਲ ਐਪ ਰਾਹੀਂ ਮਹਿਕਮੇ ਚ ਅਜੇ ਤੱਕ 1666 ਸ਼ਿਕਾਇਤਾਂ ਆਸਲ ਹੋਈਆਂ ਨੇ ਜਿੰਦੇ ਚਾ 1383 ਜਾਇਜ਼ਨ ਤੇ ਉਹਦਾ ਨਵੇੜਾ ਨੀਮੇ ਮੁਤਾਬਕ ਕੀਤਾ ਗਿਆ ਹੈ ਇੰਦੇ ਚ ਅੰਬਾਲਾ ਜ਼ਿਲ੍ਹੇ ਦੀਆਂ 348 ਸ਼ਿਕਾਇਤਾਂ ਬਿਵਾਨੀ ਜ਼ਿਲ੍ਹੇ ਚ ਤਰੂੰਜਾ ਫਰੀਦাবাদ ਇਚ 62 ਫਤਿਹਬਾਦ ਇਚ 64 ਗੁਰੂਗ੍ਰਾਮ ਚ 98 ਹਿਸਾਰ ਚ 113 ਜੱਜਰੀ ਚ 21 ਜਿੰਦੀ ਚ 4 ਜੋਤੀ ਕੇਥਾਲ ਇਚ 33 ਕਰਨਾਲ ਚ 16 ਕੁਰੂ ਖੇਤਰੀ ਚ 44 ਮਹਿੰਦਰਗੜ੍ਹ ਚ 39 ਨੂ ਚ 39 ਪਲਵਾਲ ਚ 38 ਪੰਚਕੂਲਾ ਚ 96 ਹੈ ਪਾਣੀਪੱਤੀ ਚ 10 ਰਿਵਾਰੀ ਚ 6 ਰੋਤਕ ਚ 63 ਸਿਰਸਾ ਚ 367 ਸੋਨੀਪਾਥੀ ਚ 116 ਤੇ ਜਮਨਾ ਨਗਰੀ ਚ ਬੂੰਝਾ ਸ਼ਿਕਾਇਤਾ ਸ਼ਾਮਲ ਨੇ ਮੁਲਖ ਫਰੇਥਵਾ ਨਰਾਤੇ ਦੇ ਸ਼ੁਰੂ ਉਹਨੇ થਵਾ ਉਹਨੇ ਤੱਕਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਧਾਰਮਿਕ ਥਾਰਾ ਉਪਰ 2.5 ਲੱਖ ਥਵਾ ਮਤੇਸ਼ਰਦਾਲੂਏ ਮਾਤਾ ਦੇ ਦਰਵਾਜ਼ੇ ਚ ਮੱਥਾ ਟੇਕਿਆ ਹੈ ਸ਼੍ਰੈਨ ਬੋਰਡ ਦੇ ਇੱਕ ਅਧਿਕਾਰੀ ਮੌਜੂਦ ਭਕਤਾਂ ਦੀ ਏ ਪੀੜ ਨਰਾਤੇ ਤੱਕਰ ਇੰਆਗੇ ਰੋਣੇ ਦੀ ਮੇਦ ਹੈ ਅਧਿਕਾਰੀ ਨੇ ਆਖਿਆ ਜੇ ਸ਼੍ਰੈਨ ਬੋਰਡ ਨੇ ਭਕਤਾਂ ਦੀ ਭਾਰੀ ਭੀੜ ਕੀ ਦਿਖਦੇ ਹੋਈ ਸੱਬੇ ਤਰ੍ਹਾਂ ਦੁਆਰਾਂ ਕੀ ਖੋਲੇ ਰਾਇਆ ਨਰਾਤੇ ਦੇ ਚਲਦੇ ਆ ਰੋਜ਼ 40 ਥਵਾ 50 ਹਜ਼ਾਰ ਸ਼ਰਧਾਲੂ ਮਾਤਾ ਦੇ ਦਰਸ਼ਨੇ ਲਈ ਕਟਾ ਆਵਾ ਕਰਦੇ ਨੇ ਸਪਰੀਮ ਕੋਰਟ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਉੰਦੀ ਸ਼ਰਾਬ ਨੀਤੀ ਮਾਮਲੇ 'ਚ ਪਰਿਵਰਤਨ ਨਿਰਦੇਸ਼ਾਂ ਲੈ ਆਸ਼ਿਆ ਕੀਤੀ ਗਈ ਦੀ ਗਿਫਤਾਰੀ 'ਦੀ ਚੁਣੌਤੀ ਦੇਣੇ ਆਲੀ ਜਾਜਕਾ ਪਰ ਸੁਣਵਾਈ ਕਰੋਗ ਨ્યાਮੂਰਤੀ ਸੰਜੀਵ ਖੰਨਾ ਅਤੇ ਦੀਪਾਂਕਰ ਦਤਾ ਇਸ ਮਾਮਲੇ ਦੀ ਸੁਣਵਾਈ ਕਰਨਗਣ ਦਿੱਲੀ ਹਾਈ ਕੋਰਟ ਨੇ ਇਸ ਮਹੀਨੇ ਦੀ ਨੋਤਰੀਗੀ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਉੰਦੀ ਗਿਫਤਾਰੀ 'ਦੀ ਚੁਣੌਤੀ ਦੇਣੇ ਆਲੀ ਜਾਜਕਾ ਖਾਰਿਜ ਕਰੀ ਦਿੱਤੀ ਹੀ IPL ক্রিকেট ਵਿੱਚ ਜੰਦੀ ਰਾਤੀ ਮੁੰਬਈ ਦੇ ਬਨਖੇੜੇ ਸਟੇਡੀਅਮ ਵਿੱਚ ਉਹਦੇ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਸ ਨੇ ਮੁੰਬਈ ਇੰਡੀਅਨਸ ਕੀ 20 ਰੰਝੇ ਕਨੇ ਅਰਾਇ ਦਿੱਤਾ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੀ ਟੀਮ ਨੇ 20 ਓਵਰਾਂ ਵਿੱਚ 4 ਵਿਕਟਾਂ ਮੁਹਾਇਦ 206 ਰੰਝੇ ਬਣਾਏ ਚੇਨਈ ਦੀ ਤਰਫੋਂ ਰਿਤੂ ਰਾਜ ਗਾਇਕਵਾੜ ਨੇ 69 ਰੰਨ ਤੇ ਸ਼ਿਵਮ ਦੂਬੇ ਨੇ 68 ਰੰਝ ਬਣਾਏ ਇਹ ਦਿਸ਼ਾ ਪਹਿਲੇ ਕੋਲਕਾਤਾ ਦੇ ਈਡਨ ਗਾਰਡਨਸ 'ਚ ਕੋਲਕਾਤਾ ਨਾਈਟ ਰਾਈਡਰਸ ਨੇ ਲਖਨਊ ਸੁਪਰ ਜਾਇੰਟਸ 'ਦੀ 8 ਵਿਕਟੀਆਂ ਕਰਨੇ ਆਇਆ 162 ਰੰਜੇ ਦੇ ਲਕਸ਼ਦਾ ਪੀਛਾ ਕਰਦੇ ਹੋਈ ਕੋਲਕਾਤਾ ਨਾਈਟ ਰਾਈਡਰਸ ਨੇ 16ਵੇਂ ਆਵਰੀ 'ਚ ਦੋ ਵਿਕਟੀਆਂ ਦੇ ਨੁਕਸਾਨ ਉੱਪਰ ਜਿੱਤ ਹਾਸਲ ਕੀਤੀ ਅਖੀਰ 'ਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀ ਸੁਣੀ ਲਓ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਹੋਰੇ ਨੇ ਈਰਾਨ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀਆਂ ਦੇ ਕੰਨੇ ਟੈਲੀਫੋਨ ਉੱਪਰ ਗੱਲਬਾਤ ਕਰੀਏ ਉਹਨੇ ਕੀ ਤੁਨੋਂ ਤਣੀ-ਥਵਾ ਬਚਨੇ ਤੇ ਕੂੜਨੀਤੀ ਵਖੀ ਪਰਤੋਨੇ ਦੀ ਗੁਜ਼ਾਰਿਸ਼ ਕੀਤੀ ਲੋਕ ਸਭਾ ਚੋਣਾਂ ਦੇ ਪਹਿਲੇ ਚਰਨ ਦੇ ਮੈਦਾਨ 'ਚ ਹੂਣ ਤਰੇ ਤਿਆਰੀ ਬਕਾਇਆ ਰਹੀ ਗੇਨ ਤੇ ਚੋਣ ਪ੍ਰਚਾਰ ਆਪਣੇ ਚਰਮੂ ਪਰ ਪੂਜੀ ਗਿਆ ਰਾਇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਖਵਾਕ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਮੁਲਖ ਪਰੇ 'ਚ ਰੈਲੀਆਂ ਤੇ ਰੋਡ ਸ਼ੋਅ ਕਰਾ ਕਰਦੇ ਨ ਮੌਸਮ ਵਿਭਾਗ ਨੇ ਮੁਲਕ ਦੇ ਉੱਤਰ ਪੱਛਮੀ ਹਿੱਸੇ 'ਚ ਬਰਖਾ ਤੇ ਅੰਦੀ ਝੱਖੜ ਅਗਲੇ 24 ਘੰਟੇ ਤੱਕ ਜਾਰੀ ਰੋਣੇ ਦੀ پیشن گوئی ਕੀਤੀ ਹੈ ਤੇ ਆਈਪੀਐਲ ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਨੇ ਮੁੰਬਈ ਇੰਡੀਅਨਸ ਕੀ ਬੀ ਰੰਜਿੰਗ ਕਰਨੇ ਤੇ ਕੋਲਕਾਤਾ ਨਾਈਟ ਰਾਈਡਰਸ ਨੇ ਲਖਨਊ ਸੁਪਰ ਜਾਇੰਟਸ ਕੀ 8 ਵਿਕਟਾਂ ਕਰਨੇ ਅਰਾਇ ਦਿੱਤਾ ਹੈ ਇਹਦੇ ਕੰਨੇ ਕੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋ ਆ